मैनेजमेंट ना कर ली, स्थापना कर स्थापना कर मसला है तो उससे गल आई कि वो सामने मिलने भी प्यार नहीं, मानसा जिले के सानेवाल आदर्श स्कूल का विवाद रुकन का नाम नहीं लै रहा। विद्यार्थियों हो रही धक्के स्टाफ के नाल हो रही बेरुखी और पंजाबी बोलन से मनाही के मामले में लैके लखा सिधाणा वालों इस विरोध के मापिया के स्कूल के विद्यार्थियों ना लैके वड्डी गिनती इकट्ठे होकर रोस जाहिर किया गया और मंग की गई कि स्कूल प्रबंधा के सुधार किया जाए। मानसा तो मनीष शर्मा, आजाद टीवी न्यूज। ਕਹਿੰਦੀ ਅਕੇ ਲੋਕ ਲਾਗੇ ਮਤਲਬ ਡੋਰ ਕਹਿੰਦੀ ਅਕੇ ਨਿਕਲ ਨਹੀਂ ਦੇਣਾ ਕਿਸੇ ਕੁੜੀ ਨੂੰ ਨਾ ਬਾਥਰੂਮ ਵੀ ਨਾ ਵਾਸ਼ਰੂਮ ਕੋਈ ਪਰਮਿਸ਼ਨ ਨਹੀਂ ਦੇਣਾ। ਸਰ ਉਹ ਤੋਂ ਪਹਿਲਾਂ ਵੀ ਵੈਸੇ ਜਦੋਂ ਇਹਨਾਂ ਨੂੰ ਲੱਗੇ ਵੀ ਹਾਲ ਚਾਲ ਜੀ ਹੋਊਗੀ ਤਾਂ ਕੁੜੀਆਂ ਨੂੰ ਪਹਿਲਾਂ ਹੀ ਕਹਿਣ ਲੱਗ ਗਏ ਸਰ ਇਹ ਆਪਣੀ ਪ੍ਰਿੰਸੀਪਲ ਐਂ ਕਰਦੀ ਕਰਦੀ ਸਰ ਪ੍ਰਿੰਕਾ ਗੁਲਾਟੀ ਮੈਮ ਕਹਿੰਦੇ ਕਹਿੰਦੇ ਕਿ ਤੁਸੀਂ ਤੁਹਾਨੂੰ ਪਤਾ ਨਹੀਂ ਕਿ ਪਹਿਲਾਂ ਕਿ ਸਕੂਲ ਨੇ ਇੰਨਾ ਕੁਛ ਕੀਤਾ। ਸਰ ਸਾਡੇ ਸਕੂਲ ਨੇ ਕੀਤੇ ਕੀ ਹੈ ਜੀ? ਸਰ ਮੇਰੇ ਪੁੱਛਦੇ ਆ ਸਰ। ਦੇਖੋ ਜੀ ਅਸੀਂ ਨਹੀਂ ਕਹਿ ਰਹੇ ਤੁਸੀਂ ਸੀਸੀਟੀਵੀ ਫੁਟੇਜ ਦਿਖਾ ਲਓ, ਤੁਸੀਂ ਐਸਡੀਓ ਨੂੰ ਪੁੱਛ ਲਓ, ਤੁਸੀਂ ਡੀਐਸਪੀ ਨੂੰ ਪੁੱਛ ਲਓ, 100 ਪੁਲਿਸ ਮੁਲਾਜ਼ਮ ਉਹਨਾਂ ਨੂੰ ਪੁੱਛ ਲਓ, ਤੁਹਾਡਾ ਸਾਰਾ ਮੀਡੀਆ ਉਹ ਤੁਹਾਨੂੰ ਹੀ ਪਤਾ ਹੈ। ਸਾਰਾ ਦਿਨ ਜਿਉਂ ਉਹ ਤੜਕੇ 8 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਉਸ ਨਾਲ ਚੱਲਿਆ, ਤੁਸੀਂ ਵਿੱਚ ਰਹੇ ਹੋ। ਕੋਈ ਸਾਡੀ ਵੀਡੀਓ ਕੋਈ ਫੋਟੋ ਤਾਂ ਸਾਡੀ ਆਵੇ ਨਾ ਜੀ, ਅਸੀਂ ਕਿਸੇ ਦੇ ਮੈਡਮ ਦੀ ਬਾਂਹ ਫੜ ਰਹੇ ਹਾਂ, ਕੋਈ ਗੁੰਡਾਗਰਦੀ ਕਰ ਰਹੇ ਹਾਂ, ਜਿਵੇਂ ਮੈਡਮ ਕਹਿੰਦੀ ਤਲਵਾਰਾਂ ਲੈ ਕੇ ਅੰਦਰ ਲੱਖੇ ਅਰਕੇ ਆ ਕੇ ਗੁੰਡਾਗਰਦੀ ਕੀਤੀ ਆ। ਅਸੀਂ ਆਏ ਸੀ ਪੰਜਾਬੀ ਮਾਂ ਬੋਲੀ ਲਈ, ਤੁਹਾਨੂੰ ਪਤਾ ਅਸੀਂ ਨਾਲ ਲੜ ਰਹੇ ਹਾਂ। ਸਾਨੂੰ ਪਤਾ ਲੱਗਿਆ ਸੀਗਾ ਬੱਚਿਆਂ ਦੀ ਇੱਕ ਵੀਡੀਓ ਵਾਇਰਲ ਹੋਈ, ਸਾਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ,